ਇਹ ਤੋਂ ਡਾ ਸਾਰੇ ਨਾ ਸਾਡੇ YouTube ਚੈਨਲ ਗਜਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਅਧੀਨ ਭਰਤੀ ਸੰਬੰਧੀ ਨੋਟਿਸ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਲੇਟੈਸਟ ਅਪਡੇਟ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੀ ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜੋ ਵੀ ਨਵੀਆਂ ਵੈਕੈਂਸੀਆਂ ਆਉਂਦੀਆਂ ਨੇ ਇਹਦੇ ਨਾਲ ਸੰਬੰਧਤ ਤੁਹਾਨੂੰ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹਨਾਂ ਵੈਕੈਂਸੀ ਨਾਲ ਸੰਬੰਧਤ ਪੂਰੀ ਜਾਣਕਾਰੀ ਤਈਏ ਜੀ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਭਰਤੀ ਨੋਟਸ ਹਵਾਲਾ ਨੰਬਰ ਵੀ ਇਹਨਾਂ ਨੇ ਦਿੱਤਾ ਹੋਇਆਗਾ ਸੰਗਰੂਰ ਵਿੱਚ ਆਈਆਂ ਨੇ ਮਨਰੇਗਾ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਮਨਰੇਗਾ ਸਕੀਮ ਅਧੀਨ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਉਮੀਦਵਾਰਾਂ ਤੋਂ ਠੇਕਾ ਆਧਾਰਿਤ ਟੈਕਨੀਕਲ ਸਹਾਇਕ ਦੀਆਂ 6 ਖਾਲੀ ਅਸਾਮੀਆਂ ਭਰਨ ਲਈ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਬਿਨੇ ਪੱਤਰ ਨੇ ਜਿਹੜੇ ਤੁਸੀਂ 18-1-2021 ਨੂੰ ਸ਼ਾਮ ਦੇ 5 ਵਜੇ ਤੱਕ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਵਧੇਰੇ ਜਾਣਕਾਰੀ ਇਹਨਾਂ ਨੇ ਸਾਈਟ ਦਿੱਤੀ ਹੈ sangrur.nic.in ਤੇ ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਵੱਲੋਂ ਪਹਿਲਾਂ ਇਸ ਲਈ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ ਭਾਰਤੀ ਸਬੰਧੀ ਅਗਲੀ ਜਿਹੜੀ ਹਰ ਇੱਕ ਸੂਚਨਾ ਵੈਬਸਾਈਟ ਤੇ ਦਰਸਾਈ ਜਾਏਗੀ ਅਤੇ ਕੋਈ ਵੀ ਵਕਰਾ ਇਛਤਿਆਰ ਨਹੀਂ ਦਿੱਤਾ ਜਾਏਗਾ ਸੋ ਬਾਕੀ ਅੱਗੇ ਜੋ ਵੀ ਨਵੀਆਂ ਵੈਕੈਂਸੀਆਂ ਆਉਣਗੀਆਂ ਸਮੇਂ ਸਿਰ ਅਸੀਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਧੰਨਵਾਦ